ਪਤਾ ਨਹੀਂ ਭਾਈ ਪੰਜਾਬ ਕਿਹੜੀ ਮਿੱਟੀ ਦਾ ਬਣਿਆ ਜੋ ਕੁਛ ਪੰਜਾਬ ਨੇ ਆਪਣੇ ਸੀਨੇ ਤੇ ਝੱਲੇ ਆਇਆ ਨਾ ਕੋਈ ਹੋਰ ਕੌਮ ਹੁੰਦੀ ਜਾਂ ਕੋਈ ਹੋਰ ਧਰਤੀ ਹੁੰਦੀ ਤਾਂ ਕਦੋਂ ਦਾ ਉਸ ਦਾ ਇਸ ਸੰਸਾਰ ਦੇ ਉੱਤੋਂ ਨਾਮੋ ਨਿਸ਼ਾਨ ਮਿਟ ਜਾਂਦਾ ਅੱਜ 15 ਅਗਸਤ ਦੀ ਜਿੱਥੇ ਸਾਰਾ ਦੇਸ਼ ਇੱਕ ਦੂਜੇ ਨੂੰ ਵਧਾਈ ਦੇ ਰਿਹਾ ਤੇ ਪੰਜਾਬ ਆਪਣੇ ਸੀਨੇ ਦੇ ਵਿੱਚ ਜੋ ਕੁਝ ਸਮਾਈ ਬੈਠਾ ਉਸ ਦਾ ਅੰਦਾਜ਼ਾ ਸਿਰਫ ਤੇ ਸਿਰਫ ਪੰਜਾਬ ਨੂੰ 14 ਅਗਸਤ 1947 ਜਿੱਥੇ ਇੱਕ ਪਾਸੇ ਬ੍ਰਿਟਿਸ਼ ਹਕੂਮਤ ਤੋਂ ਆਜ਼ਾਦ ਹੋਣ ਦੀਆਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਸੀ ਤੇ ਦੂਸਰੇ ਪਾਸੇ ਪੰਜਾਬ ਇੱਕ ਅਜਿਹੀ ਤਿਆਰੀ ਕਰ ਰਿਹਾ ਸੀ ਇੱਕ ਪੀੜ ਦੀ ਇੱਕ ਦਰਦ ਦੀ ਜਿਸ ਦੀ ਚੀਜ਼ ਰਹਿੰਦੀ ਦੁਨੀਆ ਤੱਕ ਪੰਜਾਬੀਆਂ ਦੇ ਦਿਲਾਂ ਵਿੱਚ ਰਹਿਣੀ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਹਰਮਨ ਜੋਤ ਸਿੰਘ ਤੇ ਅੱਜ ਦੇ ਲੇਖਾ ਜੋਖਾ ਚ ਗੱਲਬਾਤ ਕਰਾਂਗੇ ਪੰਜਾਬ ਦੇ ਉਜਾੜਿਆਂ ਬਾਰੇ 14 ਅਗਸਤ 1947 ਈਸਵੀ ਨੂੰ ਭਾਰਤ ਦਾ ਆਖਰੀ ਗਵਰਨਰ ਜਨਰਲ ਮਾਊਂਟ ਬੈਟਨ ਕਾਲੀ ਦੇ ਵਿੱਚ ਇੱਕ ਅਜਿਹਾ ਕੰਮ ਕਰ ਗਿਆ ਕਿ ਹਸਦੇ ਵਾਸਤੇ ਪੰਜਾਬ ਦੇ ਦੋ ਟੋਟੇ ਕਰ ਦਿੱਤੇ ਤੇ ਜਿਸ ਦੀ ਕੀਮਤ ਪੰਜਾਬੀਆਂ ਨੂੰ ਹੀ ਚੁਕਾਉਣੀ ਪਈ ਅਜਿਹੀ ਕੀਮਤ ਚੁਕਾਉਣੀ ਪਈ ਕਿ ਡੇਢ ਕਰੋੜ ਤੋਂ ਵੱਧ ਲੋਕ ਅੱਖ ਚਪਕਦਿਆਂ ਹੀ ਬੇਕਾਰ ਹੋ ਗਏ ਉਹ ਲੋਕ ਜਿਹੜੇ ਕਿਤੇ ਇੱਕ ਦੂਜੇ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੁੰਦੇ ਸੀ ਇੱਕ ਦੂਜੇ ਦਾ ਦੁੱਖ ਵਡਾਉਂਦੇ ਸੀ ਹਕੂਮਤ ਦੀ ਸਿਆਸਤ ਦਾ ਸ਼ਿਕਾਰ ਹੋਏ ਉਹ ਲੋਕ ਅੱਖ ਚਪਕਦਿਆਂ ਹੀ ਇੱਕ ਦੂਜੇ ਦੇ ਕੂnde ਪਿਆਸੇ ਹੋ ਗਏ ਉਹ ਖਾਲਾਂ ਜਿੱਥੋਂ ਕਤੇ ਫਸਲਾਂ ਨੂੰ ਪਾਣੀ ਲੱਗਦਾ ਸੀ ਅੱਜ ਉਹ ਖਾਲਾਂ ਕਸੀਆਂ ਲਾਸ਼ਾਂ ਦੇ ਨਾਲ ਭਰ ਗਈਆਂ ਚੜਦੇ ਪੰਜਾਬ ਤੋਂ ਲੈਂਦੇ ਪੰਜਾਬ ਵੱਲ ਤੇ ਲੈਂਦੇ ਪੰਜਾਬ ਤੋਂ ਚੜਦੇ ਪੰਜਾਬ ਵੱਲ ਰੇਲ ਗੱਡੀਆਂ ਲਾਸ਼ਾਂ ਨਾਲ ਭਰ-ਭਰ ਕੇ ਆਉਣ ਜਾਣ ਲੱਗੀਆਂ ਸਭ ਤੋਂ ਵੱਧ ਜੇ ਕਿਸੇ ਨੇ ਸੰਤਾਪ ਚ ਲਿਆ ਤਾਂ ਉਹ ਬੀਬੀਆਂ ਨੇ ਜਿੱਥੇ ਕਿਤੇ ਵੀ ਕੋਈ ਔਰਤ ਲੱਭੀ ਕੋਈ ਬੱਚੀ ਲੱਭੀ ਤਾਂ ਦਰਿੰਦਿਆਂ ਨੇ ਹਵਾਨਾ ਨੇ ਦਰਿੰਦਗੀ ਦੇ ਨਾਲ ਨੋਚਿਆ ਬਲਾਤਕਾਰ ਕੀਤੇ ਨਿਰਵਸਤਰ ਕਰਕੇ ਬੀਬੀਆਂ ਭੈਣਾਂ ਦੀਆਂ ਪਰੇਡਾਂ ਕਰਵਾਈਆਂ ਗਈਆਂ ਔਰ ਜਿਹੜੀਆਂ ਬੀਬੀਆਂ ਨੇ ਇਹ ਸੋਚਿਆ ਕਿ ਆਪਣੀ ਇੱਜ਼ਤ ਗਵਾਉਣ ਦੇ ਨਾਲੋਂ ਮਰਨਾ ਚੰਗਾ ਤਾਂ ਫਿਰ ਉਹ ਜਦੋਂ ਮਰਨ ਗਈਆਂ ਤਾਂ ਖੂਹਾਂ ਦੇ ਖੂਹ ਜਿਹੜੇ ਸੀ ਪਰ ਇਹ ਚੀਜ਼ਾਂ ਸਾਨੂੰ ਪੰਜਾਬੀਆਂ ਨੂੰ ਆਜ਼ਾਦੀ ਦੀ ਖੁਸ਼ੀ ਨਾਲੋਂ ਵੱਧ ਤੰਗ ਕਰਦੀਆਂ ਨੇ ਪਰ ਕਰੀਏ ਕੀ ਭਾਈ ਪੰਜਾਬ ਨੇ ਛੱਲੇ ਉਜਾੜੇ ਆ ਸਭ ਤੋਂ ਪਹਿਲਾਂ ਉਜਾੜਾ ਛੱਲਿਆ 1839 ਈਸਵੀ ਦੇ ਵਿੱਚ ਜਦੋਂ ਪੂਰਾ ਭਾਰਤ ਗੁਲਾਮ ਸੀ ਤਾਂ ਪੰਜਾਬ ਸ਼ੇਰੇ ਪੰਜਾਬ ਦੇ ਰਾਜ ਦੇ ਅੰਦਰ ਇੱਕ ਸੰਤੰਤਰ ਦੇਸ਼ ਸੀ 1839 ਈਸਵੀ ਨੂੰ ਜਦੋਂ ਸ਼ੇਰੇ ਪੰਜਾਬ ਇਸ جہਾਨ ਤੋਂ ਰੁਖਸਤ ਹੋਇਆ ਤਾਂ ਪੰਜਾਬ ਨੇ ਉਦੋਂ ਉਜਾੜਾ ਚੱਲਿਆ ਗਦਾਰਾਂ ਨੇ ਗਦਾਰੀਆਂ ਕੀਤੀਆਂ ਲੱਖਾਂ ਸਿੱਖਾਂ ਦੀਆਂ ਲੱਖਾਂ ਪੰਜਾਬੀਆਂ ਦੀਆਂ ਜਾਨਾਂ ਗਈਆਂ ਤੇ ਪੰਜਾਬ ਗੁਲਾਮ ਹੋ ਗਿਆ ਫਿਰ ਉਜਾੜਾ ਚੱਲਿਆ 47 ਨੂੰ ਕਰਤਾਰ ਸਿੰਘ ਸਰਾਭਾ ਗਦਰੀ ਬਾਬੇ ਫਗਤ ਸਿੰਘ ਵਰਗੇ ਅਨੇਕਾਂ ਜੋਧਿਆਂ ਦੀਆਂ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਉਹਨਾਂ ਨੂੰ ਮਹਿੰਗੇ ਭਾਅ ਪਈਆਂ ਇਹ ਮੰੰਜਰ ਜਿੰਨੇ ਵੇਖਿਆ ਆ ਨਾ ਕਦੇ ਉਹਦੇ ਕੋਲ ਬੈਠ ਕੇ ਵੇਖਿਓ ਉਹਨੂੰ ਹੱਥ ਲਾ ਕੇ ਉਸ ਨਾਲ ਗੱਲ ਕਰਕੇ ਉਸ ਨੂੰ ਫਰੋਲਿਓ ਅਗਲਾ ਸੀਨੇ ਦੇ ਵਿੱਚ ਜੋ ਦਰਦ ਸਿਪਾਈ ਬੈਠਾ ਆ ਨਾ ਸੀਨਾ ਚੀਰ ਕੇ ਤੁਹਾਡੇ ਅੱਗੇ ਰੱਖ ਦੂਗਾ ਸ਼ਾਇਦ ਉਸ ਸੀਨੇ ਦੇ ਵਿੱਚੋਂ ਤੁਹਾਨੂੰ ਕਿਤੇ ਚਾਹ ਨਹੀਂ ਲੱਪਣੇ ਤਾਂ ਮਿਲੂਗੀ ਤਾਂ ਸਿਰਫ ਉਜਾੜੇ ਦੀ ਚੀਜ਼ ਫਿਰ ਉਜਾੜਾ ਚੱਲਿਆ 84 ਤੋਂ 91 ਤੱਕ ਸਭ ਤੋਂ ਪਹਿਲਾਂ ਸਾਡੇ ਤਖਤਾਂ ਨੂੰ ਢਾਇਆ ਹਕੂਮਤ ਨੇ ਨਸ਼ੇ ਦੇ ਵਿੱਚ ਚੂਰ ਹੋ ਕੇ ਜਦੋਂ ਗੋਲੇ ਵੱਜੇ ਸਾਡੇ ਅਕਾਲ ਤਖਤ ਸਾਹਿਬ ਤੇ ਤਾਂ ਸਾਡਾ ਸਭ ਕੁਝ ਉਜੜ ਗਿਆ ਫਿਰ ਮੁੰਡਿਆਂ ਨੂੰ ਚੁੱਕ ਚੁੱਕ ਕੇ ਉਹਨਾਂ ਤੇ ਕਹਿਰ ਵਰਤਾਇਆ ਗਿਆ ਪਿੰਡਾਂ ਦੇ ਪਿੰਡ ਖਾਲੀ ਕਰ ਦਿੱਤੇ ਗਏ ਪਿਓਾਂ ਦੇ ਸਾਹਮਣੇ ਉਹਨਾਂ ਦੀਆਂ ਧੀਆਂ ਦੀ ਤੇ ਭਰਾਵਾਂ ਦੇ ਸਾਹਮਣੇ ਉਹਨਾਂ ਦੀਆਂ ਭੈਣਾਂ ਦੀ ਬੇਪਤੀ ਕੀਤੀ ਗਈ ਹੌਲੀ ਹੌਲੀ ਸੰਭਲਿਆ ਪੰਜਾਬ ਪਰ ਬਹੁਤਾ ਚਿਰ ਨਾ ਸੰਭਲਿਆ ਫਿਰ ਉਜਾੜਾ ਵੇਖਿਆ ਨਸ਼ਿਆਂ ਦੇ ਰੂਪ ਦੇ ਵਿੱਚ ਨਸ਼ਿਆਂ ਨੇ ਪੰਜਾਬ ਨੂੰ ਉਜਾੜ ਕੇ ਰੱਖ ਦਿੱਤਾ ਉਹ ਗੱਬਰੂ ਜਿਨ੍ਹਾਂ ਦੇ ਜੁਸੇ ਲੋਹਿਆਂ ਦੇ ਨਾਲ ਭੇੜ ਜਾਂਦੇ ਸੀ ਤਾਂ ਲੋਹੇ ਮੁੜ ਜਾਂਦੇ ਸੀ ਉਹੀ ਜੁਸੇ ਫਿਰ ਇੱਕ ਅਜ ਛੋਟੀ ਤਿੱਖੀ ਸੂਈ ਦੇ ਗੁਲਾਮ ਹੋ ਗਏ ਇੱਕ ਉਸ ਸੂਈ ਜਿਹਦੇ ਵਿੱਚ ਇੱਕ ਚਿੱਟਾ ਪਦਾਰਥ ਇਹਨਾਂ ਨੌਜਵਾਨਾਂ ਨੂੰ ਮੜੀਆਂ ਦੇ ਰਾਹ ਵੱਲ ਲੈ ਜਾਣ ਲੱਗ ਪਿਆ ਕਈਆਂ ਦੇ ਘਰਾਂ ਦੇ ਚੁੱਲਿਆਂ ਦੇ ਵਿੱਚ ਘਾਓ ਕੇ ਪੰਜਾਬ ਫਿਰ ਉਜੜਿਆ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਹੋਈਆਂ ਤੇ ਇਨਸਾਫ਼ ਮੰਗ ਰੀਆਂ ਸੰਗਤਾਂ ਜਿਹੜੀਆਂ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸੀ ਉਹਨਾਂ ਦੇ ਉੱਤੇ ਗੋਲੀਆਂ ਵਰਸਾਈਆਂ ਗਈਆਂ ਤੇ ਇਨਸਾਫ਼ ਮੰਗਰੇ ਲੋਕਾਂ ਨੂੰ ਸ਼ਹੀਦ ਕੀਤਾ ਗਿਆ ਤੇ ਜਿਹੜੇ ਪੰਥ ਦੇ ਰਖਵਾਲੇ ਜਿਨ੍ਹਾਂ ਤੋਂ ਇਨਸਾਫ਼ ਦੀ ਉਮੀਦ ਕਰਨੀ ਸੀ ਭਾਈ ਉਹ ਉਹਨਾਂ ਗੁਨਾਹਗਾਰਾਂ ਦੀ ਉਹਨਾਂ ਬਲਾਤਕਾਰੀਆਂ ਦੀ ਗੋਦੀਆਂ ਦੇ ਵਿੱਚ ਜਾ ਕੇ ਬੈਠ ਗਏ ਪੰਜਾਬ ਅੱਜ ਵੀ ਉੱਜੜ ਰਿਹਾ ਪੰਜਾਬ ਦੇ ਪਾਣੀ ਤੋਂ ਜਾ ਰਹੇ ਨੇ ਪਾਣੀਆਂ ਦੀ ਬੇਪਤੀ ਪੰਜਾਬੀਆਂ ਵੱਲੋਂ ਕੀਤੀ ਜਾ ਰਹੀ ਹੈ ਪੰਜਾਬ ਦੇ ਦਰਿਆਵਾਂ ਦੇ ਵਿੱਚ ਜ਼ਹਿਰ ਘੁੱਲ ਰਿਹਾ ਤੇ ਕੈਂਸਰ ਦੇ ਨਾਲ ਹੋ ਰਹੀਆਂ ਮੌਤਾਂ ਪੰਜਾਬ ਦੇ ਉਜਾੜੇ ਵਿੱਚ ਵਾਧਾ ਕਰ ਰਹੀਆਂ ਅੱਜ ਇਸ ਸਮੇਂ ਦਾ ਪੰਜਾਬ ਉਜੜ ਰਿਹਾ ਪ੍ਰਵਾਸ ਦੇ ਨਾਲ ਛੀਰਿਆਂ ਵਰਗੇ ਮੁੰਡੇ ਅੱਜ ਦਾ ਪ੍ਰਵਾਸ ਚੁੱਕ ਕੇ ਪੰਜਾਬ ਦੇ ਵਿੱਚੋਂ ਬਾਹਰਲੇ ਮੁਲਕਾਂ ਦੇ ਵਿੱਚ ਲਈ ਜਾ ਰਿਹਾ ਤੇ ਆਉਣ ਵਾਲੇ ਕੁਝ ਦਹਾਕਿਆਂ ਬਾਅਦ ਇਹ ਜਿਹੜੇ ਗੱਬਰੂ ਬਾਹਰ ਪੱਕੇ ਤੌਰ ਤੇ ਸੈੱਟ ਹੋ ਗਏ ਇਹਨਾਂ ਦੀਆਂ ਨਸਲਾਂ ਬਦਲ ਜਾਣੀਆਂ ਤੇ ਇਹਨਾਂ ਦੀਆਂ ਅਗਲੇ ਏਰੀਆ ਨਸਲਾਂ ਨੂੰ ਪੰਜਾਬ ਦੇ ਬਾਰੇ ਕੋਈ ਜਾਣਕਾਰੀ ਨਹੀਂ ਰਹਿਣੀ ਕੀ ਕਰੀਏ ਭਾਈ ਪੰਜਾਬ ਦੇ ਪੱਲੇ ਬਸ ਪਏ ਉਜਾੜੇ ਰੱਬ ਜਾਣਦਾ ਕਿ ਕਦੋਂ ਇਹ ਜਾੜੇ ਮੁੱਕਣਗੇ ਤੇ ਪੰਜਾਬ ਪਹਿਲਾਂ ਵਰਗਾ ਹੋਊਗਾ ਫਿਲਹਾਲ ਪੰਜਾਬ ਕਿਹੜੀ ਆਜ਼ਾਦੀ ਦੀ ਖੁਸ਼ੀ ਮਨਾਏ ਅਜੇ ਉਜਾੜੇ ਦੀ ਚੀਜ਼ ਤੋਂ ਹੀ ਨਹੀਂ ਉੱਭਰ ਰਿਹਾ